स्वागत है किसान वीरो तुहाडा यूट्यूब चैनल सदक डेयरी फार्मिंग दे विच। किसान वीरो अज जिहड़ी वीडियो बना रहे हैं पिंड रामू वाला कलां तहसील इहनू मोगा ही पैंदी है ते जिला भी मोगा नेड़े पिंड चड़ैक है। इस पिंड दे विचों वीडियो बहुत बनाई दियां दोस्तों सरपंच हरनेक सिंह दे घरों ते अज जिहड़ी वीडियो बना रहे हैं दोस्तों ये सामने जिहड़े वीर नूं तुसीं देख रहे हो इहदे घरों है। ते अज दी वीडियो दे विच पहला थोनू दस दिना वी एक ते मज थोड़ा टाइम पहला सूई है दुध चंगे ते चल रही है इस मझ दी ते एक इधर दोस्तों कट्टी है एक बाई कोल चंगी मझ दी कट्टी है कोई आपदी लोड़ मारा हरेक बंदा पशु सामदा ते जे किते लोड़ पवे ते वेच भी लैंदा सामणी मझ दी कट्टी है बहुत चंगी मझ दी ए भी बाई ने ए कट्टी भी वेचनी है। सो वीडियो नूं दोस्तों अगे तक देखो नवे वीरां नूं जरूर बेनती करूंगा चैनल नूं सबसक्राइब कर लो ते नाल घंटी दा बटन प्रेस कर दिओ जे ताकि नवी वीडियो दा नोटिफिकेशन तुहानू मिल सके। आओ भाई नाल गल्लबात करदे हां इस सामने जिहड़ी तुसीं दोस्तों मझ देख रहे हो इहदे बारे आपां भाई तों डिटेल पुछदे हां। भाई सति श्री अकाल। सति श्री अकाल भाई जी आयन भाई नाम दसी भाई आपदा। अपने मेरा नाम गरमेल है। गरमेल सिंह ठीक है अपने ठीक है। अच्छा इहदा बच्चे दा नाम दसी की जरा जगदीप सिंह। जगदीप केहड़ी क्लास च पढ़दा जगदीप? 9th। पशुआं दा भी शौक है फिर नाल? हां जी भाई ठीक है। अच्छा भाई जी आपां एक तां इह दस्सी वी पशु वैसे अपने घरे रखे व्यापार दा कम तां नहीं आपां करदे? वैसे वैसे रखे ठीक है। अच्छा जिहड़ी इह मझ आपां भाई इधर खड़ी है वेचनी है ਇਹ ਕਿਹਨ ਮਸੂ ਸੂਈ ਹੈ? ਇਹ ਦੂਜਾ ਆਪਣਾ 2023 ਸੂਈ ਹੈ ਆਪਣੇ ਗਾਂ 2024 ਦੀ ਆਪਣੇ ਦੂਜੀ ਤਿਆਰੀ ਹੈ। ਠੀਕ ਹੈ ਤੀਜਾ ਸੂਆ ਸੂਈ ਹੈ ਤੇ ਚੌਥੇ ਹਸਤੇ ਗੱਭਣ ਹੋ ਗਈ ਹੈ। ਹਾਂਜੀ ਹਾਂਜੀ। ਅੱਛਾ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਜੀ ਆਪਣਾ ਸੂਈ ਨੂੰ ਹੋ ਗਿਆ 40 ਦਿਨ ਚੀਜ਼ੀ ਦੇ ਵਿੱਚੋਂ 10 ਦਿਨਾਂ ਦੇ ਦੂਜਾ ਬਣੀ ਹੋਈ। ਠੀਕ ਹੈ ਜਾਨੀ ਮਹੀਨੇ ਬਾਅਦ ਹੀ ਫਿਰ ਟੀਕਾ ਭਰਾਤਾ ਦੁਬਾਰਾ? ਹਾਂਜੀ ਹਾਂਜੀ ਮਹੀਨੇ ਬਾਅਦ ਹੀ। ਠੀਕ ਹੈ ਜੇ ਬੱਚਾ ਇਹਨੇ ਕੱਟਾ ਦਿੱਤਾ ਸੀ? ਹਾਂਜੀ ਬਾਅਦ ਪਿਛਲੀ ਵਾਰ ਵੀ ਕੱਟਾ ਸੀ ਯਾਰ ਦੂਜੇ ਕੱਟਾ ਜੀ। ਅੱਛਾ ਹੁਣ ਦੁੱਧ ਕਿੰਨਾ ਬਾਈ ਦੋਹਾਂ ਟਾਈਮਾਂ ਦਾ? ਪੂਰਾ 11 ਕਿਲੋ। 11 ਕਿਲੋ ਤੋਲ ਕੇ ਲੈ ਸਕਦਾ ਕੋਈ? ਹਾਂਜੀ ਦੋ ਡੰਗ ਤੋਲੇ 3 ਤੋਲੇ। ਠੀਕ ਹੈ ਅੱਛਾ ਰੇਟ ਇਹਦਾ ਕੀ ਰੱਖਿਆ? ਇਹਦਾ ਜੀ 75000 ਰੁਪਏ। 75000 ਹਾਂਜੀ ਠੀਕ ਹੈ। ਦੋਸਤੋ ਮੱਝ ਤੁਹਾਨੂੰ ਦਿਖਾ ਦਿੰਨਾ ਇੱਕ ਮਾਮੂਲੀ ਜੀ ਕਮੀ ਮੈਨੂੰ ਜਿਹੜੀ ਦਸੀ ਸੀਗੀ ਉਹ ਬਾਈ ਤੋਂ ਵੀ ਆਪਾਂ ਪੁੱਛ ਲਾਂਗੇ। ਅਗਲਾ ਇੱਕ ਥਣ ਥੋੜਾ ਜਿਹਾ ਦੂਜੇ ਨਾਲ ਛੋਟਾ ਲੱਗਾ ਬਾਈ ਉਹ ਜ਼ਰੂਰ ਦੱਸ ਦੀ ਥਣ ਦੇ ਵਿੱਚ ਨਾ ਬਾਈ ਧਾਰ ਥੋੜੀ ਪਾੜਦੀ ਥਣ ਚੋਂ। ਠੀਕ ਹੈ ਹਾਂਜੀ ਦੁੱਧ ਤੇ ਥਣ ਬਿਲਕੁਲ ਦੁੱਧ ਬਰਾਬਰ ਹੈ ਥੋੜੀ ਜੀ ਭੂਰ ਉਹਦੇ ਚੋਂ ਪੈਂਦੀ ਹੈ। ਹਾਂਜੀ ਹਾਂਜੀ ਠੀਕ ਹੈ। ਦੋਸਤੋ 75000 ਡਿਮਾਂਡ ਹੈ ਖੋਲ ਲਈ ਬਾਈ ਇਹਨੂੰ ਮੜਾ ਤੋਰ ਕੇ ਦਿਖਾ ਦਈਏ। ਚੌਥਾ ਸੂਆ ਦੋਸਤੋ ਸੂਣ ਵਾਸਤੇ 10 ਦਿਨ ਹੋਏ ਆ ਟੀਕਾ ਭਰਾਏ ਨੂੰ ਤੇ ਬਾਈ ਇਹ ਵੀ ਕਹਿੰਦਾ ਵੀ ਆਏ ਸਾਲ ਇਦਾਂ ਹੁੰਦਾ ਵੀ ਹਰੇਕ ਮਹੀਨੇ ਬਾਅਦ ਇਹ ਟੀਕਾ ਜਿਹੜਾ ਭਰਾ ਲੈਂਦੀ ਹੈ ਛੇਤੀ ਹੀਟ ਚ ਆਉਂਦੀ ਹੈ ਮੱਝ ਤੇ ਉਦੋਂ ਬਾਅਦ ਚ ਇਹ ਗੱਭਣ ਵੀ ਪਹਿਲੇ ਟੀਕੇ ਤੇ ਰਹਿੰਦੀ ਹੈ। ਪਰ ਤੁਸੀਂ ਇਹਨੂੰ 1 ਮਹੀਨੇ ਦੀ 40 ਦਿਨਾਂ ਦੀ ਸੂਈ ਦੋਸਤੋ ਮੰਨ ਕੇ ਸੌਦਾ ਕਰ ਲਿਓ। 11 ਕਿਲੋ ਦੁੱਧ ਇਸ ਟਾਈਮ ਹੈਗਾ ਮਿਲਕ ਵੀਨ ਬਹੁਤ ਚੰਗੀ ਦੋਨਾਂ ਪਾਸਿਆਂ ਤੋਂ ਆਉਂਦੀ ਹੈ ਮੱਝ ਬਰੀਕ ਚਮੜੀ ਦੀ ਹੈ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਹੈ। ਰੇਟ ਇਸ ਵੀਰ ਨੇ ਦੋਸਤੋ ਵੀਡੀਓ ਦੇ ਵਿੱਚ ਹੀ ਕੀਤਾ ਸੋ ਜਿਹੜੇ ਵੀਰ ਨੂੰ ਇਹ ਪਸੰਦ ਆਊਗੀ ਤੁਸੀਂ ਕਾਲ ਕਰ ਸਕਦੇ ਹੋ। ਬੱਚਾ ਇਹਦੇ ਮਗਰ ਕੱਟਾ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ 40 ਦਿਨਾਂ ਦੀ ਸੂਈ ਇਹ ਮੱਝ ਜਿਹੜੀ ਬਾਈ ਕੋਲ ਵਕਾਊ ਹੈ। ਇੱਕ ਇੱਧਰ ਦੋਸਤੋ ਜਿਹੜੀ ਕੱਟੀ ਖੜੀ ਹੈ ਇਹ ਵੀ ਬਾਈ ਨੇ ਵੇਚਣੀ ਇਹਦੀ ਡਿਟੇਲ ਪੁੱਛ ਲੈਂਦੇ ਹਾਂ ਇਹ ਵੀ ਤੁਹਾਨੂੰ ਦੋਸਤੋ ਤੋਰ ਕੇ ਦਿਖਾ ਦਿਆਂਗੇ ਨਾਲ ਇਹਦੇ ਥੋੜੇ ਥਣ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਬਾਈ ਜਿਹੜੀ ਇਹ ਕੱਟੀ ਹੈ ਇਹ ਇੱਧਰ ਜਿਹੜੀ ਮੱਝ ਕਾਲੀ ਮੱਝ ਹੈ ਇਹਦੀ ਹੈ ਤੀ ਇਹ? ਠੀਕ ਹੈ। ਅੱਛਾ ਇਹ ਮੱਝ ਥੱਲੇ ਦੁੱਧ ਕਿੰਨਾ ਕੁ? ਪੂਰਾ 17-18 ਕਿਲੋ ਹੈ। 17-18 ਕਿਲੋ ਦੁੱਧ ਦਿੰਦੀ ਹੈ। ਅੱਛਾ ਹੁਣ ਇਹਨੂੰ ਕਿੰਨਾ ਕੁ ਚਿਰ ਹੋਇਆ ਸੂਈ ਨੂੰ ਮੱਝ ਨੂੰ? ਇਹਨੂੰ ਹੋ ਗਿਆ ਆਪਣਾ ਦੂਜਾ 6 ਮਹੀਨੇ ਦੇ ਗੱਭਣਾ। 6 ਮਹੀਨੇ ਦੀ ਗੱਭਣ ਹੁਣ ਇਹਦੇ ਥੱਲੇ 10 ਕਿਲੋ ਕਿਲੋ ਦੁੱਧ ਤਿਆਰ ਹੈ। 10 ਕਿਲੋ ਦੁੱਧ ਤਿਆਰ ਹੈ ਹੁਣ? ਠੀਕ ਹੈ। ਤੇ ਇਹ ਕੱਟੀ ਕਿਹੜੇ ਸਾਨ ਦੀ ਹੈ ਬਈ ਆਪ? ਇਹ ਜੀ ਆਪਣੇ बिलकुल कुंडा कर जूगी दोस्तों बरीक सिंह बिलकुल कुंडा तो शायद थोड़ा बहुत खुला रख जे पर बरीक सिंह पतला बई ये दिखाई थान थान दोस्तों थोनू कट्टी दे दिखाऊंगा बनतर बहुत सोहनी है पुड़े बिलकुल पद्धर पुड़िया दी है बाकी जेड़े थान है वो दोस्तों जे तुसी इहदे देखो जेड़ा वीर खरीदूगा आके देख लो। रेट दोस्तों हमेशा मैं पहलियां वीडियो च भी कहा भी जेड़ा कोई भी वीर पशु सामदा ओह रखदा है मेरी कोशिश हुंदी है भी अगला आपदे हिसाब नाल ही रेट रख ले क्योंकि ना तो मैं दोस्तों कोई सौदा कराउणा हुंदा है। देख सकदे हो थान बिलकुल वधिया सो रेट जेड़े ओह हरेक वीर जेड़ा मेहनत करदा उहने आपदे हिसाब ते रखणे। ਤੇ ਇਹ ਮੱਝ ਦੋਸਤੋ ਜਿਹੜੀ ਉਸ ਝੋਟੀ ਦੀ ਮਾਂ 14-17-10 ਤੋਂ ਅੱਗੇ ਗੱਭਣਾ ਹੈ। ਠੀਕ ਹੈ ਦੋਸਤੋ 14-17-10 ਦਾ ਟੀਕਾ ਇਹਦੇ ਭਰਿਆ ਵਿਆ
1470 ਦਾ ਸਤੋ ਗੱਬਣ ਹੈ ਤੇ ਇਹ ਜਿਹੜੀ ਦੋਸਤੋ ਮੱਝ ਹੈ ਇਹ ਬਾਈ ਕੋਲ ਜਿਹੜੀ ਮਹੀਨਾ ਡੇਢ ਮਹੀਨਾ ਹੋਇਆ ਸੂਈ ਨੂੰ ਇਹ ਵੀ ਵਕਾਊਗਾ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਜਿਹੜੇ ਵੀਰ ਨੂੰ ਮੱਝ ਪਸੰਦ ਆਉਂਦੀ ਹੈ ਕਾਲ ਬਾਈ ਨੂੰ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਲੱਗਾ ਕਾਲ ਕਰਕੇ ਤੁਸੀਂ ਕੰਟੈਕਟ ਕਰੋ ਆ ਕੇ ਪਸ਼ੂ ਦੇਖੋ ਤਸੱਲੀ ਕਰੋ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮਿਹਰਬਾਨੀ ਦੋਸਤੋ ਜੁੜੇ ਰਹਿਣ ਲਈ।